लो भी सज्जनों एक बछेरा तुहानू दिखाउण लगे हैं ते जदों इहदी तुसीं अपडेट सुणोगे ना ਤਾਂ ਤੁਸੀਂ ਹੈਰਾਨ ਹੋ ਜਾਓਗੇ ਇਹਦੀ ਖੂਬਸੂਰਤੀ ਨੂੰ ਹੋਰ ਵੀ ਚਾਰ ਚੰਨ ਲੱਗ ਜਾਣਗੇ। ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ ਰਮਨ ਬਾਈ। ਬਾਈ ਇਹਦਾ ਬਾਪ ਕੌਣ ਹੈ? ਇਹਦਾ ਬਾਪ ਹੈਗਾ ਬਾਈ ਚੈਂਪੀਅਨ ਕੋਟਨ। ਕੋਟਨ ਬਾਈ ਕਿੰਨੇ ਸ਼ੋਅ ਜਿੱਤਿਆ? ਉਹ ਤਕਰੀਬਨ ਸਾਰੇ ਜਿੱਤਿਆ ਵੀਰੇ, ਰਾਜਸਥਾਨ ਅਤੇ ਇਹਦੇ ਪੰਜਾਬ ਵਾਲੇ। ਪੰਜਾਬ ਦੇ ਅਤੇ ਰਾਜਸਥਾਨ ਦੇ ਸਾਰੇ ਸ਼ੋਅ ਜਿੱਤਿਆ। ਅਤੇ ਬਾਈ ਇਹਦੀ ਮਾਂ ਕਿਹੋ ਜਿਹੀ ਹੈ? ਇਹਦੀ ਮਾਂ ਵੀਰੇ ਨੁਕਰੀ ਹੈ, ਚੰਗੀ ਕੁੜੀ, ਆਪਣੇ ਦੋਨੇ ਇੱਕੇ ਕੁੜੀ ਦੇ ਬੱਚੇ ਦੋਨੇ। ਲਓ ਵੀ ਸੱਜਣੋ, ਚੈਂਪੀਅਨ ਘੋੜਾ ਕੋਟਨ ਉਹਦਾ ਬਛੇਰਾ ਤੁਹਾਡੇ ਸਾਹਮਣੇ ਖੜਾ ਹੈ। ਅਤੇ ਵੀਰਵਾਰ ਗਿਆ ਨੇ ਇਹ ਕਰਨਾ ਸੇਲ। ਬਾਈ ਕਹਿੰਦਾ ਵੀ ਪੰਜ ਬਛੇਰੇ ਹੋ ਗਏ ਫਾਰਮ 'ਤੇ ਅਤੇ ਹੁਣ ਖਰਾਬ ਬਹੁਤ ਕਰਦੇ। ਇਹਦਾ ਵੱਡਾ ਭਰਾ ਵੀ ਉਹ ਦੇਖੋ ਅੰਦਰ ਖੜਾ ਨੁਕਰਾ ਹੀ। ਅਤੇ ਬਾਈ ਜੇਕਰ ਕੋਈ ਇਹਦੀ ਮਾਂ ਦੇਖਣੀ ਚਾਹੁੰਦਾ ਉਹ ਕਿੱਥੇ ਹੈਗੀ? ਉਹ ਹੈਗੀ ਵੀਰੇ ਆਪਣੇ ਭਿੰਦਰ ਪੁੱਟਰ ਕੋਲ ਹੈਗੀ, ਆਪਣੇ ਪਿੰਡ ਹੀ ਜੀ, ਆਪਣੇ ਆਪਦੇ ਘਰ ਅੱਗੇ ਕੰਮ ਹੀ ਘਰੀ ਖੜੀ ਆ। ਘਰੀ ਖੜੀ ਆ ਬਾਈ ਵਰਗੇ ਕਹਿੰਦੇ ਵੀ ਘੋੜੇ ਵਾਲੇ ਪਾਸਿਓਂ ਸੱਜਣੋ ਵੀ ਟੌਪ ਬਲੱਡ ਲਾਈਨ ਅਤੇ ਮਾਂ ਵੀ ਇਹਦੀ ਜਿਹੜੀ ਹੈਗੀ ਆ ਬਹੁਤ ਸੋਹਣੀ ਕਰ ਪ੍ਰਿੰਸ ਦੀ ਆ ਬਾਈ, ਡੋਡਾਂ ਵਾਲੇ ਦੀ। ਉਹ ਡੋਡਾਂ ਵਾਲੇ ਪ੍ਰਿੰਸ ਦੀ ਇੱਕ ਬਹੁਤ ਚੰਗੀ ਬਲੱਡ ਲਾਈਨ ਦਾ ਬਛੇਰਾ ਤੁਹਾਡੇ ਸਾਹਮਣੇ ਖੜਾ ਹੈ। ਜੇ ਕੋਈ ਸੱਜਣ ਅੱਗੇ ਚੰਗੇ ਜਾਨਵਰ ਖਰੀਦਣਾ ਚਾਹੁੰਦਾ ਹੈ ਜਾਂ ਸ਼ੋਅ ਕੁਆਲਿਟੀ ਜਾਨਵਰ ਲੈਣਾ ਚਾਹੁੰਦਾ ਹੈ ਤਾਂ ਉਹਦੀ ਇੱਕੋ ਇੱਕ ਆਪਸ਼ਨ ਆ ਜਿਹੜੀ ਉਹ ਤੁਹਾਡੇ ਸਾਹਮਣੇ ਖੜੀ ਹੈ। ਨੰਬਰ ਸਕਰੀਨ 'ਤੇ ਚੱਲ ਰਿਹਾ, ਏਰੀਆ ਬਠਿੰਡਾ ਪਿੰਡ ਤੋਂਗਾਲੀ। ਬਾਕੀ ਸੱਜਣੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ। ਜੇਕਰ ਤੁਸੀਂ ਸਾਡੇ ਇੰਸਟਾਗ੍ਰਾਮ ਪੇਜ 'ਤੇ ਪਹਿਲੀ ਵਾਰੀ ਆਏ ਹੋ ਤਾਂ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ। ਧੰਨਵਾਦ ਜੀ।